ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਗਟ ਸਿੰਘ ਪੁੱਲਰ ਯਾਰ ਇਹ ਵੀਡੀਓ ਨਾ ਦੱਬ ਕੇ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂ ਸ਼ੇਅਰ ਕਰਿਓ ਕਿਉਂਕਿ ਕੁਝ ਇਹੋ ਜਿਹਾ ਸੀ ਕਰਨ ਜਾ ਰਹੇ ਆ ਜਾਂ ਕੁਝ ਲੋਕ ਕੁਝ ਇਹੋ ਜੀਆਂ ਗਲਤੀਆਂ ਕਰਦੇ ਪਏ ਨੇ ਜਿਹੜੀ ਪੰਜਾਬ ਨੂੰ ਸਿਰਫ 5 ਸਾਲਾਂ ਦੇ ਵਿੱਚ ਖਤਮ ਕਰ ਦੇਣਗੀਆਂ ਇੱਕ ਕਹਾਵਤ ਆ ਨਾ ਪੰਜਾਬੀ ਦੀ ਕਿ ਅਸੀਂ ਆਪਣੇ ਪੈਰ ਤੇ ਆਪ ਕੁਹਾੜਾ ਮਾਰਿਆ ਉਹ ਕਹਾਵਤ ਅੱਜ 103% ਸਾਬਤ ਹੋ ਰਹੀ ਹੈ ਸੱਚ ਸਾਬਤ ਹੋ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਮੇਰੇ ਕੋਲ ਕੁਝ ਵੀਡੀਓ ਆਈਆਂ ਨੇ ਜਿਦੇ ਵਿੱਚ ਚਾਹੇ ਤੁਨ ਭੋਲਤਾ ਕਹਿ ਲੋ ਚਾਹੇ ਗਿਆਨਤਾ ਕਹਿ ਲੋ ਚਾਹੇ ਮੂਰਖਤਾ ਕਹਿ ਲੋ ਤਿੰਨਾ ਦੇ ਵਿੱਚੋਂ ਜੋ ਮਰਜੀ ਕਹਿ ਲੋ ਦੀ ਵਜ੍ਹਾ ਕਰਕੇ ਝੋਨੇ ਵਿੱਚ ਜਿਹੜਾ ਮੀਂਹ ਦਾ ਪਾਣੀ ਹੈ ਉਸ ਨੂੰ ਧਰਤੀ ਦੇ ਵਿੱਚ ਬੋਰਾ ਦੇ ਰਾਹੀਂ ਸਿੱਧਾ ਸੱਟਿਆ ਜਾ ਰਿਹਾ ਹੈ ਤੇ ਇਸ ਟ੍ਰੈਂਡ ਦੇ ਰਾਹੀਂ ਸੋਸ਼ਲ ਮੀਡੀਆ ਤੇ ਫੇਮਸ ਹੋਣ ਦੀ ਕਾਲ ਲੱਗੀ ਹੋਈ ਹੈ ਸਾਡੇ ਲੋਕਾਂ ਨੂੰ ਜਿਹੜਾ ਮੀਂਹ ਦਾ ਪਾਣੀ ਜਦੋਂ ਅਸੀਂ ਝੋਨੇ ਦੇ ਵਿੱਚੋਂ ਲੈ ਕੇ ਬੋਰਾ ਦੇ ਰਾਹੀਂ ਧਰਤੀ ਦੇ ਹੇਠ ਉਸ ਪਾਣੀ ਤੱਕ ਪਹੁੰਚਾ ਦਿੰਨੇ ਨਾ ਜਿਹੜਾ ਅਸੀਂ ਪੀਣਾ ਆ ਤਾਂ ਉਹ ਉਹਨੂੰ ਇੰਨਾ ਦੂਸ਼ਿਤ ਕਰ ਦਿੰਦਾ ਹੈ ਜਿੰਨਾ ਆਉਣ ਵਾਲੇ 20 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਜੂਦ ਹਰ ਫੈਕਟਰੀ ਦੂਸ਼ਿਤ ਨਹੀਂ ਕਰ ਸਕਦੀ ਕਾਰਨ ਕੀ ਹੈ ਕਿ ਤਰ੍ਹਾਂ ਦੇ ਹਿਸਾਬ ਦੇ ਨਾਲ ਝੋਨਿਆਂ ਦੇ ਵਿੱਚ ਯੂਰੀਆ ਡੀਏਪ ਜ਼ਿੰਕ ਰਾਉਂਡ ਅਪ ਕਲੋਰੋ ਲੈਂਡਾ ਪੈਸਟੀਸਾਈਡਸ ਵਿੜੀਸਾਈਡ ਫੰਗੀਸਾਈਡ ਯੂਜ਼ ਹੁੰਦੇ ਨੇ ਤੇ ਜਦੋਂ ਮੀਂਹ ਪੈਂਦਾ ਆ ਤੇ ਮੀਂਹ ਵਾਲੇ ਪਾਣੀ ਦੇ ਵਿੱਚ ਇਹ ਸਭ ਚੀਜ਼ਾਂ ਘੁਲ ਜਾਂਦੀਆਂ ਨੇ ਤੇ ਫਿਰ ਜਦੋਂ ਇਹ ਬੋਰ ਦੇ ਰਹੀਂ ਡਾਇਰੈਕਟ ਉਸ ਲੈਵਲ ਤੱਕ ਪਹੁੰਚ ਜਾਂਦਾ ਹੈ ਨਾ ਪਾਣੀ ਜਿੱਥੋਂ ਅਸੀਂ ਆਪਣੇ ਪੀਣ ਯੋਗ ਪਾਣੀ ਕੱਢਦੇ ਆ ਤਾਂ ਇਹ ਉਸ ਨੂੰ ਬਹੁਤ ਜ਼ਿਆਦਾ ਜ਼ਹਿਰੀਲਾ ਬਣਾ ਦਿੰਦਾ ਸਾਡੇ ਲੋਕਾਂ ਦੇ ਵਿੱਚ ਇੱਕ ਦੌੜ ਆ ਕਿ ਜਲਦੀ ਜਲਦੀ ਫੇਮਸ ਹੋਣਾ ਆ ਇਹ ਕੰਮ ਕਰ ਲੋ ਦੋ ਵੀਡੀਓ ਮੇਰੇ ਕੋਲ ਆਈਆਂ ਇੱਕ ਭਾਈ ਸਾਹਿਬ ਨੇ ਤਾਂ ਆਪ ਦਾ ਚ ਬੱਚਾ ਵੀ ਤੋੜਿਆ ਹੈ ਖੂਈ ਵੀ ਤੋੜੀ ਹੈ ਤੇ ਸਿੱਧਾ ਖੂਈ ਦੇ ਵਿੱਚ ਪਾਣੀ ਸੁੱਟਿਆ ਹੋਇਆ ਮੀਂਹ ਦਾ ਭਰਾਵਾ ਕਿਉਂ ਮਾਰਦਾ ਪਿਆ ਪੰਜਾਬ ਨੂੰ ਪੰਜਾਬ ਤੱਕ ਗੇ ਹੀ ਮਰਨ ਦੇ ਕਗਾਰ ਤੇ ਆ ਦੂਸਰੇ ਸਰਦਾਰ ਸਾਹਿਬ ਨੇ ਕੀ ਕੀਤਾ ਆ ਮੋਟਰ ਨੂੰ ਸੂਟਾ ਮਰਾਇਆ ਤੇ ਝੋਨੇ ਦਾ ਸਾਰਾ ਪਾਣੀ ਵਾਪਸ ਜ਼ਮੀਨ ਦੇ ਵਿੱਚ ਸੱਟੀ ਜਾਂਦਾ ਹੈ ਇਹ ਚੀਜ਼ ਵੀਰ ਮੇਰੋ ਮੈਂ ਹੱਥ ਜੋੜ ਕੇ ਦੱਸਣਾ ਚਾਹਣਾ ਤੁਹਾਨੂੰ ਇਹ ਚੀਜ਼ ਵਾਟਰ ਰੀਚਾਰਜ ਸਿਸਟਮ ਨਹੀਂ ਹੈਗਾ ਅਗਰ ਤੁਸੀਂ ਇਸ ਟ੍ਰੈਂਡ ਦੇ ਅੰਡਰ ਮਸ਼ਹੂਰ ਹੋਣਾ ਚਾਹੁੰਦੇ ਹੋ ਕਿ ਅਸੀਂ ਬੜਾ ਸੌਖਾ ਤਰੀਕਾ ਲੱਭ ਲਿਆ ਜੀ ਹਜ਼ਾਰਾਂ ਲੀਟਰ ਅਸੀਂ ਪਾਣੀ ਵੇਚਾ ਰਹੇ ਹਾਂ ਦੇਖੋ ਅਸੀਂ ਸਿੱਧਾ ਮੀਂਹ ਦਾ ਪਾਣੀ ਬੋਰਾਾਂ ਦੇ ਰਾਂ ਧਰਤੀ 'ਚ ਭੇਜ ਰਹੇ ਹਾਂ ਤਾਂ ਇਹਦੇ ਨਾਲ ਪੰਜਾਬ ਦੀ ਉਮਰ ਜਿਹੜੀ ਕਿ 20 ਸਾਲ ਮੈਂ ਮੰਨਦਾ ਹਾਂ ਕਿ ਪੰਜਾਬ ਦੀ ਉਮਰ ਸਿਰਫ 20 ਸਾਲ ਰਹਿ ਗਈ ਆ ਤੁਸੀਂ ਉਹਨੂੰ 15 ਸਾਲ ਕਟਾ ਕੇ ਸਿਰਫ 5 ਸਾਲ ਤੇ ਲੈ ਜਾਂਦਾ ਸੋ ਇਹ ਪ੍ਰੋਬਲਮ ਕੀ ਹੈ ਜਿਹੜਾ ਫੈਕਟਰੀਆਂ ਦਾ ਰਾਂ ਹੀ ਪਾਣੀ ਸੀਗਾ ਜਾਂ ਤੁਸੀਂ ਮਾਲਵੇ ਦੇ ਵਿੱਚ ਇੱਕ ਬੜੀ ਵੱਡੀ ਇੱਕ ਖਬਰ ਉੱਠਦੀ ਪਈ ਆ ਕਿ ਮਾਲਵਾ ਇਸ ਟਾਈਮ ਦੁਨੀਆ ਦਾ ਸਭ ਤੋਂ ਡੈਂਸ ਏਰੀਆ ਆ ਭਾਵ ਇੱਥੇ ਦੁਨੀਆ ਦੇ ਐਵਰੇਜ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਕੈਂਸਰ ਪੇਸ਼ੈਂਟਸ ਨੇ ਕਿਉਂ ਹੋਏ ਸੀਗੇ ਕਿਉਂਕਿ ਉੱਥੇ ਬਹੁਤ ਜ਼ਿਆਦਾ ਪੈਸਟੀਸਾਈਡ ਦਾ ਯੂਜ਼ ਕੀਤਾ ਗਿਆ ਸੀਗਾ ਤੇ ਉਹ ਪੈਸਟੀਸਾਈਡ ਲੀਚ ਹੋ ਕੇ ਭਾਵ ਜ਼ਮੀਨ ਦੇ ਰਹੀਂ ਰਸ ਕੇ ਉਸ ਪਾਣੀ ਤੱਕ ਪਹੁੰਚ ਗਿਆ ਸੀ ਜਿੱਥੇ ਅਸੀਂ ਪਾਣੀ ਆਪਣੇ ਪੀਣ ਦੇ ਲਈ ਕੱਢਦੇ ਹਾਂ ਹੁਣ ਜਿਹੜਾ ਪੈਸਟੀਸਾਈਡ 20 ਸਾਲਾਂ ਦੇ ਵਿੱਚ ਜੀਰ ਕੇ ਧਰਤੀ ਦੇ ਰਾਹੀ ਪਾਣੀ ਤੱਕ ਪਹੁੰਚ ਰਾ ਸੀ ਉਹਨੂੰ ਤਾਂ ਅਸੀਂ 2 ਘੰਟਿਆਂ ਚ ਪਹੁੰਚਾ ਦਿੱਤਾ ਸਿਰਫ ਇਸੇ ਚੱਕਰ ਦੇ ਵਿੱਚ ਦੇਖੋ ਜੀ ਅਸੀਂ ਸੈਲਫੀ ਲੈ ਰਹੇ ਹਾਂ ਦੇਖੋ ਅਸੀਂ ਟ੍ਰੈਂਡ ਬਣ ਰਹੇ ਹਾਂ ਕਿ ਵਾਟਰ ਰੀਚਾਰਜ ਸਿਸਟਮ ਹੈ ਇੱਥੇ ਮੈਂ ਦੱਸਣਾ ਚਾਹਣਾ ਕਈ ਪਿੰਡਾਂ ਦੇ ਵਿੱਚ ਵੀ ਗਲਤ ਤਰੀਕੇ ਨਾਲ ਵਾਟਰ ਰੀਚਾਰਜਿੰਗ ਸਿਸਟਮ ਲਾਏ ਗਏ ਨੇ ਅਸਲ ਦੇ ਵਿੱਚ ਵਾਟਰ ਰੀਚਾਰਜਿੰਗ ਸਿਸਟਮ ਦੇ ਰਾਹੀਂ ਸਿਰਫ ਦੋ ਤਰੀਕੇ ਦਾ ਪਾਣੀ ਹੀ ਰੀਚਾਰਜ ਕੀਤਾ ਜਾ ਸਕਦਾ ਸਭ ਤੋਂ ਸੇਫੇਸਟ ਹੈਗਾ ਆ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਜਿਹਦੇ ਰਾਹੀਂ ਉਸ ਮੀਂਹ ਦੇ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਹੜਾ ਛੱਤਾਂ ਦੇ ਉੱਤੇ ਹੁੰਦਾ ਆ ਸਿਰਫ ਛੱਤਾਂ ਦੇ ਉੱਤੇ ਜਿਹੜਾ ਮੀਂਹ ਦਾ ਪਾਣੀ ਹੁੰਦਾ ਆ ਉਸ ਨੂੰ ਪਾਈਪਾਂ ਦੇ ਰਾਹੀਂ ਲਿਜਾ ਕੇ ਇੱਕ ਪਿੱਟ ਬਣਾਇਆ ਜਾਂਦਾ ਆ ਇੱਕ ਰੀਚਾਰਜ ਸਿਸਟਮ ਬਣਾਇਆ ਜਾਂਦਾ ਉਸ ਰਾਹੀਂ ਧਰਤੀ ਦੇ ਵਿੱਚ ਭੇਜਿਆ ਜਾਂਦਾ ਤੇ ਦੂਸਰਾ ਸਿਸਟਮ ਜਿਹੜਾ ਵਾਟਰ ਰੀਚਾਰਜਿੰਗ ਸਿਸਟਮ ਹੈਗਾ ਉਹ ਹੈਗਾ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਰਾਹੀਂ ਜਿਹੜਾ ਤੁਸੀਂ ਝੋਨੇ ਦੇ ਵਿੱਚੋਂ ਪਾਣੀ ਹੁਣ ਮੈਂ ਤੁਹਾਨੂੰ ਇਹ ਪਾਣੀ ਦਿਖਾਉਣਾ ਆ ਆ ਦੇਖੋ ਪਾਣੀ ਇਹ ਪਾਣੀ ਜੇ ਮੈਂ ਕਹਾਂ ਕਿ ਕੋਈ ਬੰਦਾ ਪੀ ਲਵੇ ਕੀ ਤੁਸੀਂ ਪੀ ਲੋਗੇ ਬਿਲਕੁਲ ਨਹੀਂ ਪੀਓਗੇ ਤੁਸੀਂ ਆਖੋਗੇ ਯਾਰ ਇਹਦੇ ਵਿੱਚ ਜ਼ਹਿਰ ਆ ਖਾਦਾਂ ਸੀ ਤਾਂ ਮਰ ਜਾਾਂਗੇ ਅਸੀਂ ਪੀਲਾਂ ਪੀਤਾ ਤਾਂ ਹੁਣ ਇਹੀ ਪਾਣੀ ਅਸੀਂ ਬੋਰਾ ਦੇ ਰਾਂਹੀਂ ਸੱਤੀ ਜਾ ਰਹੇ ਆ ਇਹ ਜਿਹੜਾ ਝੋਨਿਆਂ ਦੇ ਵਿੱਚ ਖੜਾ ਪਾਣੀ ਹੈ ਜਦ ਝੋਨਿਆਂ ਦੇ ਵਿੱਚ ਮੀਂਹ ਦਾ ਪਾਣੀ ਜਦੋਂ ਆਉਂਦਾ ਆ ਉਹ ਸੀਵਰੇਜ ਦੇ ਪਾਣੀ ਨਾਲੋਂ ਵੀ ਹਜ਼ਾਰਾਂ ਗੁਣਾ ਵੱਧ ਕੈਮੀਕਲ ਤੇ ਜ਼ਹਿਰੀਲਾ ਹੁੰਦਾ ਆ ਸੋ ਐਸੀ ਗਲਤੀ ਨਾ ਕਰੋ ਜਿਹੜਾ ਮੀਂਹ ਦਾ ਪਾਣੀ ਝੋਨਿਆਂ ਦੇ ਵਿੱਚ ਆ ਕੇ ਧਰਤੀ ਦੇ ਵਿੱਚ ਜੇ ਤੁਸੀਂ ਰੀਚਾਰਜ ਕਰਨਾ ਆ ਤਾਂ ਉੱਥੇ ਤੁਹਾਨੂੰ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਰਾਹੀਂ ਹੀ ਰੀਚਾਰਜ ਕਰ ਸਕਦੇ ਹੋ ਤੁਸੀਂ ਪਿੰਡਾਂ ਦੇ ਵਿੱਚ ਵੀ ਮੈਂ ਦੇਖਿਆ ਕਿ ਪਾਣੀ ਆ ਜਿਹੜਾ ਮੀਂਹ ਦਾ ਉਸ ਨੂੰ ਰੀਚਾਰਜ ਕਰਨ ਦੇ ਲਈ ਅਸੀਂ ਸ='%20ਜੁਕਤ ਰੂਪ ਦੇ ਵਿੱਚ ਵਾਟਰ ਰੀਚਾਰਜ ਸਿਸਟਮ ਲਾ ਰਹੇ ਹਾਂ ਪਰ ਤੁਸੀਂ ਸੀਚੇਵਾਲ ਨੂੰ ਦੇਖੋ ਕਿਦਾਂ ਕੰਮ ਕਰਦੇ ਨੇ ਉਹਨਾਂ ਜਿਹੜੇ ਪਿੰਡ ਦੇ ਵਿੱਚ ਵਾਟਰ ਰੀਚਾਰਜ ਸਿਸਟਮ ਲਾਇਆ ਉੱਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਲਾਇਆ ਹੈ ਪਾਵ ਜਿਹੜਾ ਪਾਣੀ ਨਲੀਆਂ ਦਾ ਗਲੀਆਂ ਦਾ ਮੀਂਹ ਦਾ ਉਹ ਧਰਤੀ ਦੇ ਵਿੱਚ ਭੇਜਦੇ ਨੇ ਉਸ ਤੋਂ ਪਹਿਲਾਂ ਉਸ ਨੂੰ ਟ੍ਰੀਟ ਕਰਦੇ ਨੇ ਸਾਫ਼ ਕਰਦੇ ਨੇ ਫਿਰ ਧਰਤੀ ਦੇ ਵਿੱਚ ਭੇਜਦੇ ਨੇ ਤੇ ਤੁਸੀਂ ਐਡੀ ਵੱਡੀ ਮੂਰਖਤਾ ਕਰ ਰਹੇ ਹੋ ਬੋਰਾ ਨੂੰ ਖੋਲ ਕੇ ਖੁਈਆਂ ਦੇ ਵਿੱਚੋਂ ਮੋਟਰਾਂ ਕੱਢ ਕੇ ਬੋਰਾਾਂ ਦੇ ਵਿੱਚੋਂ ਮੋਟਰਾਂ ਕੱਢ ਕੇ ਜਿਹੜਾ ਟਣਾ ਮੂਹੀ ਪਾਣੀ ਜਿਹਦੇ ਵਿੱਚ ਯੂਰੀਆ ਡੀਏਪੀ ਕਲੋਰੋ ਲੈਂਡਾ ਪੈਸਟੀਸਾਈਡ ਰਾਉਂਡ ਅਪ ਪਤਾ ਨਹੀਂ ਕੀ ਕੁਝ ਗੰਧ ਪੈਲ ਆ ਰਿਹਾ ਆ ਉਸ ਨੂੰ ਤੁਸੀਂ ਸਿੱਧਾ ਉਸ ਪਾਣੀ ਤੱਕ ਪਹੁੰਚਾ ਦਿੱਤਾ ਜਿਹੜਾ ਅਸੀਂ ਪੀਣਾ ਫਿਰ ਇੱਥੇ ਇੱਕ ਹੋਰ ਉਦਾਹਰਣ ਵੇਖੋ ਜਿਹੜੇ ਬੋਰ ਦੇ ਰਹੀਂ ਅਸੀਂ ਜ਼ਮੀਨ ਦੇ ਵਿੱਚ ਪਾਣੀ ਭੇਜਿਆ ਮੋਟਰ ਕੱਢ ਕੇ ਕੱਲ ਨੂੰ ਜਦੋਂ ਅਸੀਂ ਮੋਟਰ ਚਲਾਈ ਉੱਥੋਂ ਪਾਣੀ ਵੀ ਤਾਂ ਪੀਵਾਂਗੇ ਨਾ ਤੇ ਜਿਹੜਾ ਪਾਣੀ ਦਾ ਜ਼ਹਿਰ 20 ਸਾਲਾਂ ਚ ਉੱਥੇ ਜਾਣਾ ਸੀ ਉਹ ਤਾਂ 2 ਘੰਟਿਆਂ ਦੇ ਵਿੱਚ ਤੁਸੀਂ ਘੱਲ ਦਿੱਤਾ ਮੈਂ ਦੁਬਾਰੇ ਰਿਪੀਟ ਕਰਨੀ ਪਈ ਏ ਕਹਾਦਨ ਦੇ ਨਾਲ ਮੈਨੂੰ ਗੱਲ ਸੋ ਆਪਦੇ ਪੈਰਾਂ ਤੇ ਦੋਸਤੋ ਕੁਹਾੜੀਆਂ ਨਾ ਮਾਰੋ ਦੇਸੀ ਟੋਟ ਕੇ ਘਟਿਆ ਟੋਟ ਕੇ ਵਰਤ ਕੇ ਸਾਡੇ ਪੰਜਾਬ ਦੇ ਪਾਣੀ ਦਾ ਤਾਂ ਅੱਗੇ ਹੀ ਬੇੜਾ ਗਰਕਿਆ ਤੁਸੀਂ ਉਹਨਾਂ ਪਾਣੀਆਂ ਦੇ ਰਾਖੀ ਦੇ ਲਈ ਫਾਈਟ ਕਰੋ ਜਿਹੜਾ ਜਿਹੜਾ ਹਰਿਆਣੇ ਨੂੰ ਜਿਹੜਾ ਰਾਜਸਥਾਨ ਨੂੰ ਐਕਸਟਰਾ ਦਿੱਤਾ ਜਾ ਰਿਹਾ ਜੇ ਪੰਜਾਬ ਨੂੰ ਬਚਾਉਣਾ ਆ ਰੀਚਾਰਜ ਸਿਸਟਮ ਲਾਉਣੇ ਆ ਪਲੀਜ਼ ਜਾਂ ਤਾਂ ਰੇਨ ਹਾਰਵੈਸਟਿੰਗ ਸਿਸਟਮ ਯੂਜ਼ ਕਰੋ ਸਿਰਫ ਉਸ ਪਾਣੀ ਦਾ ਇਸਤੇਮਾਲ ਕਰੋ ਰੀਚਾਰਜ ਕਰਨ ਦੇ ਲਈ ਜਿਹੜਾ ਮੀਂਹ ਦਾ ਪਾਣੀ ਛੱਤਾਂ ਤੋਂ ਕਲੈਕਟ ਹੋਣਾ ਆ ਤੇ ਜਾਂ ਫਿਰ ਜੇ ਤੁਸੀਂ ਝੋਨੇ ਵਿਚਲਾ ਜਾਂ ਕਿਸੇ ਵੀ ਜ਼ਮੀਨ ਵਿਚਲਾ ਪਾਣੀ ਰੀਚਾਰਜ ਕਰਨਾ ਆ ਮੀਂਹ ਦਾ ਪਾਣੀ ਤਾਂ ਜ਼ਰੂਰੀ ਆ ਉਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਰਾਹੀਂ ਯੂਰ ਰੀਚਾਰਜ ਹੋਣਾ ਚਾਹੀਦਾ ਵਰਨਾ ਮੈਂ ਤੁਹਾਨੂੰ ਫੇਰ ਦਾਰਾ ਦਵਾਂ ਜਿਹੜੀ ਮੌਤ ਪੰਜਾਬ ਦੀ 20 ਸਾਲਾਂ ਬਾਅਦ ਆਉਣੀ ਸੀ ਕਿਉਂਕਿ ਮੇਰਾ ਇੱਕ ਤਕਾਜ਼ਾ ਆ ਕਿ ਪੰਜਾਬ ਦੀ ਜਿਆਦਾ ਤੋਂ ਜਿਆਦਾ ਜ਼ਿੰਦਗੀ 20 ਸਾਲਾ ਤੁਸੀਂ ਉਹ ਜ਼ਿੰਦਗੀ 15 ਸਾਲ ਹੋਰ ਘਟਾ ਦਿੱਤੀ ਹੈ ਸਿਰਫ ਆਪਣੀ ਇੱਕ ਮੂਰਖਤਾ ਦੀ ਵਜ੍ਹਾ ਨਾਲ ਆਪਣੇ ਇੱਕ ਅਨਪੋਲਪਣ ਦੀ ਵਜ੍ਹਾ ਨਾਲ ਆਪਣੀ ਇੱਕ ਅਗਿਆਨਤਾ ਦੀ ਵਜ੍ਹਾ ਦੇ ਨਾਲ ਸੋ ਇਸ ਵੀਡੀਓ ਨੂੰ ਯਾਰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਉਹ ਬੰਦੇ ਤੱਕ ਪਹੁੰਚੇ ਜਿਹੜਾ ਇਸ ਸੋਸ਼ਲ ਮੈਨ ਦਾ ਹਿੱਸਾ ਬਨਣਾ ਚਾਹੁੰਦਾ ਪਰ ਉਸ ਨੂੰ ਪਤਾ ਨਹੀਂ ਕਿ ਰੀਚਾਰਜ ਸਿਸਟਮ ਕੰਮ ਕਿਵੇਂ ਕਰਦੇ ਨੇ ਅਸਲੀ ਤੌਰ ਤਰੀਕੇ ਦੇ ਕੀ ਨੇ ਤੇ ਗਿਆਨ ਪੁਨੇ ਦੇ ਵਿੱਚ ਅਸੀਂ ਜੋ ਸਾਡੀ ਜ਼ਮੀਨ ਗੰਦਲੀ ਹੋਈ ਪਈ ਆ ਖਾਦਾਂ ਦੇ ਨਾਲ ਯੂਰੀਆ ਦੇ ਨਾਲ ਕੈਮੀਕਲ ਦੇ ਨਾਲ ਉਹ ਪਾਣੀ ਅਸੀਂ ਜ਼ਮੀਨ ਦੇ ਵਿੱਚ ਨਾ ਪਾਈਏ ਸੋ ਵੀਰੋ ਮੈਕਸਿਮਮ ਇਸ ਚੀਜ਼ ਲਈ ਅਵੇਅਰ ਹੋਵੋ ਅਗਿਆਨਤਾ ਦੇ ਮਾਰਗ ਨੂੰ ਛੱਡ ਕੇ ਹੋਏ ਤੁਸੀਂ ਵਾਟਰ ਰੀਚਾਰਜ ਸਿਸਟਮ ਦਾ ਸਹੀ ਕਨਸੈਪਟ ਕੀ ਉਸ ਨੂੰ ਸਮਝ ਕੇ ਹੀ ਯੂਜ਼ ਕਰੋ Thank you, Ji.